ਬਰਾਬਰੀ ਤੇ ਖੇਡਿਆ ਜਾਣਾ। ਜਿਹੜੇ ਵੀ ਚਾਹ ਪੀ ਰਿਹਾ ਵੀਰੇ, ਥੋੜਾ ਜਿਹਾ ਪਰਲੇ ਪਾਸੇ ਨੂੰ ਹੋ ਜਾਓ, ਉਧਰ ਮੁੰਡਿਆਂ ਨੂੰ ਦੇਖਦਾ ਕੋਈ ਨੀ, ਥੋੜਾ ਜਿਹਾ ਗਾਂਹ ਨੂੰ ਹੋ ਜਾਓ, ਉਧਰ ਹੀ ਸੈਂਟਰ ਵਾਲੇ ਪਾਸੇ ਨੂੰ ਹੋ ਜਾਓ, ਕਿਆ ਬਹਿ ਦੋ ਮੇਰਾ ਭਾਈ। ਲੈ ਵੀ ਮੈਚ ਆ ਚੋਟੀ ਦਾ ਖੇਡਿਆ ਜਾਣਾ ਵੀਰੇ, ਕੈਨੇਡਾ ਦੀ ਟੀਮ ਇੱਕ ਮੰਨੀ ਪ੍ਰਮੰਨੀ ਟੀਮ ਆ, ਜਿਹੜੇ ਮੁੰਡੇ ਖੇਡ ਰਹੇ ਸਟੇਜ ਵਾਲੇ ਪਾਸੇ, ਤੇ ਦੂਜੇ ਪਾਸੇ ਬਾਈ ਵੀ ਤੁਹਾਡੇ ਆਪਣੇ ਨਗਰ ਦੀ ਟੀਮ ਹੈ ਮਾਝੇ ਵਾਲਾ, ਕਹਿੰਦੇ ਛੋਟੂ ਦਾ ਨਾਮ ਛੋਟੂ ਆ ਤੇ ਖਿਡਾਰੀ ਇਹ ਕਦੇ ਵੱਡਾ ਬਣ ਗਿਆ। ਲੈ ਵੀ ਉਧਰੋਂ ਸਾਡੇ ਬਾਈ ਸੁੱਚਾ ਸਿੰਘ ਜੀ, ਉਹ ਕਹਿੰਦੇ ਜੇ ਪਿੰਡ ਵਾਲੇ ਮੁੰਡੇ ਜਿੱਤਣ ਦੇ ਆਪਾਂ 500 ਰੁਪਏ ਦੇਵਾਂਗੇ, 500 ਦੇ ਵੱਡੇ ਜਿਹੜੇ ਮਾਨ ਹੋਣਗੇ ਤੇ ਮੁੰਡੇ ਪਿੰਡ ਵਾਲੇ ਜਿੱਤਦੇ ਆ। ਆਹ ਗੱਲਾਂ ਕਹਿੰਦੇ ਟਿਕਾਣੇ ਲੱਗ ਜਾਣੀਆਂ ਨੇ, ਹੋ ਗਿਆ ਕਹਿੰਦੇ ਮੈਂ ਸ਼ੁਰੂ, ਆਹ ਪੱਲੇ ਪੱਲੇ ਹੋ ਰਹੀਆਂ ਮੇਰੇ ਮਿੱਤਰੋ। ਮੁੰਡੇ ਦਾਦੂ ਵਾਲੇ ਵੀ ਕਿਸੇ ਗੱਲੋਂ ਆਹ ਘੱਟ ਵੀ ਹੈ ਤੇ ਸਤੀਰ ਵਾਲੀ ਪਿੰਡ ਦਾ ਕਹਿੰਦੇ ਆਹ ਸੱਜਣ ਕਹਿੰਦੇ ਪਿਛਲੇ ਮੇਲਿਆਂ ਦਾ ਫਿੱਟ ਹੋਇਆ ਫਿਰਦਾ, ਆਹ ਪੈ ਜਾ ਕਰਾਈ ਤੁਰਿਆ ਉਹਦਾ ਮੁੰਡਾ ਤੇ ਮਾਜਰੇ ਵਾਲਿਆ। ਆਹ ਲੋਕੀ ਕਹਿੰਦੇ ਅੱਜ ਕੱਲ ਤੇਰੇ ਦੀਵਾਨੇ ਬੜੇ ਹੋਏ ਹੋਏ ਆ, ਤੇ ਅੱਜ ਕਹਿੰਦੇ ਖੜਕੇ ਤੜਕੇ ਆਹ ਕਰਾਉਣੇ ਪੈਣਗੇ ਪਿੰਡ ਵਾਲੇ ਮੁੰਡੇ ਦੀ ਮਾਣ ਮਾਣ ਕਰਕੇ ਤੈਨੂੰ ਸੱਦਿਆ, ਤੇ ਜੇ ਮਾਣ ਕਰਦੇ ਆ ਮਾਣ ਹੁਣ ਰੱਖਣਾ ਵੀ ਪੈਣਾ। ਪਰ ਚੈਨੇ ਵਾਲੀ ਆ ਪਰਮਾ ਉਹ ਕਹਿੰਦੇ ਵੱਡਾ ਖਿਡਾਰੀ ਆ, ਜਿਵੇਂ ਨੱਥੋ ਵਾਲੀ ਆ ਤਰਸੇਮ ਪ੍ਰਧਾਨ ਕਹਿੰਦਾ ਹੁੰਦਾ ਵੀ ਵੱਡਾ ਖਿਡਾਰੀ ਬਣ ਗਿਆ ਖੇਡ ਵਾਲੀ ਬਣਦਾ। ਨਾਲ ਚੈਨੇ ਵਾਲੀ ਆ ਸੁਖਦੀਪ ਆ, ਇੱਕ ਪਾਸੇ ਜੁਝਾਰ ਆ ਪਾਪੇ ਵਰਗੇ ਖੜੇ ਆ ਮੁੰਡੇ, ਮੈਚ ਉਧਰ ਤਿੰਨ ਤੇ ਵੀ ਤਗੜਾ, ਇੱਕ ਨੰਬਰ ਗਰਾਊਂਡ ਤੇ ਵੀਰੇ ਸੂਰਤੀ ਆ ਜੰਟਰੀ ਟੀਮ ਦਾ ਮੈਚ ਆ। ਨੰਬਰਦਾਰ ਜੀ ਕਿਹੜੀ ਟੀਮ ਦੇ ਨਾਲ? ਬਕਸਰ ਦੀ ਟੀਮ ਵੀਰੇ, ਕਿਰਪਾ ਕਰਕੇ ਨੇੜੇ ਆ ਜਾਓ ਮੇਰਾ ਵੀਰ। ਬਕਸਰ ਦੀ ਟੀਮ ਦੇ ਸੂਰਤੀਆ ਜੰਟੇ ਦੀ ਟੀਮ ਦਾ ਮੈਚ ਖੇਡਿਆ ਜਾਣਾ ਹੈ। ਇਹ ਮੁੰਡੇ ਆਪਣੇ ਆਪ ਨੂੰ ਫਿਰ ਰੈਡੀ ਕਰ ਲੈਣਗੇ, ਇੱਧਰਲੇ ਪਾਸੇ ਇੱਧਰ ਹੁਣ ਕਹਿੰਦੇ ਟੀਮ ਤਿਆਰ ਕੀਤੀ ਹੈ ਤੇ ਸੱਦਿਆ ਵੀ ਉਹ ਹੈ ਔਰ ਜਿਹੜਾ ਗਲਤੀ ਨਹੀਂ ਕਰਦਾ, ਤੇ ਪਰ ਆਹ ਮੁੰਡੇ ਨੇ ਕਹਿੰਦੇ ਆਹ ਸੀਜ਼ਨ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਖੱਤੀ ਖਾਨ ਖਿਲਾਉਂਦੇ ਆ ਤੇ ਬਾਲਾਂ ਉਹਨਾਂ ਤੇ ਲਾ ਦਿੱਤੀਆਂ। ਸੱਜਣ ਦਾ ਕਹਿੰਦੇ ਸ਼ਤੀਰ ਵਾਲੀ ਪਿੰਡ ਆ ਮੇਰੇ ਮਿੱਤਰੋ, ਵੀ ਸ਼ਤੀਰ ਵਾਲੀ ਪਿੰਡ ਤੋਂ ਔਰ ਸੱਜਣ ਕਹਿਣ ਜੇ ਸਰੀਰ ਦਾ ਤੇ ਕਰਦਾ ਮੁਕਾਬਲਾ ਔਰ ਕਮਾਨੋ ਛੱਡ ਤੀਰ ਦਾ, ਕਰਦਾ ਮੁਕਾਬਲਾ ਕਮਾਨੋ ਛੱਡ ਤੀਰ ਦਾ। ਵੀ ਇੰਦਰਾ ਆਹ ਫਿੱਟ ਹੋ ਕੇ ਖੇਡਣਾ ਪੈਣਾ ਸੋਹਣਾ ਵੀਰਾ, ਅੱਜ ਤੇਰੇ ਸੱਦੇ ਤੇ ਮਾਜਰੇ ਦਾ ਛੋਟੂ ਆਇਆ, ਆਹ ਗੱਲਾਂ ਹੋਣਗੀਆਂ। ਲੈ ਵੀ ਮਾਜਰੇ ਵਾਲਿਆ ਖੜਕੇ ਤੜਕੇ ਆਹ ਤੇਰੇ ਵਿਖਾਉਣੇ ਪੈਣਗੇ ਬਾਲ ਇਹਨਾਂ ਦੀ, ਤੇ ਨੰਬਰ ਇੱਕ ਹੋਰ ਜੁੜ ਗਿਆ। ਲੈ ਵੀ ਘਰੇ ਜਾਣ ਬਾਈ ਵੀ ਧੁੱਕੀ ਗੱਡੀ ਤੁਰਿਆ ਆਉਂਦਾ ਤੇ ਬੱਲੇ ਬੱਲੇ ਜਿਹੜੀ ਆਹ ਕਰਾਈ ਹੋਈ ਆ। ਲੈ ਵੀ ਉੱਧਰ ਫੇਰ ਬਾਬਾ ਮੇਲਾ ਗਲਤੀ ਕਰ ਗਿਆ, ਜੁੰਟੀ ਕਿੰਨੇ ਸਕੋਰ ਆ ਮੇਰਾ ਵੀਰ ਬਣ ਕੇ ਦੱਸੀ ਮੇਰਾ ਵੀਰ, ਇੱਧਰ ਕਿੰਨੇ ਆ ਬਾਦੀ ਵਾਲੀ। ਲੈ ਵੀ ਖਾਤਾ ਨੀ ਖੁੱਲਿਆ, ਉਹਨੇ ਪੁੱਠਾ ਹੱਥ ਮਾਰਤਾ, ਸਾਲੀਏ ਖੇੜੇ ਵਾਲੇ ਨੇ, ਤੇ ਕਹਿੰਦਾ ਇੱਧਰਲੇ ਪਾਸੇ ਚਾਰ ਨੰਬਰ ਆ ਮੁੰਡਿਆਂ ਦੇ, ਜਿਹੜੇ ਤੇ ਚਾਰ ਦੀ ਟੱਕਰ ਹੈ, ਨੰਬਰ ਪਹਿਲੇ ਦੀ ਮੁੰਡੇ ਕਹਿੰਦੇ ਭਾਵ ਦੇ ਵਿੱਚ ਨਹੀਂ ਹੈ, ਤੇ ਇੱਧਰਲੇ ਪਾਸੇ ਦੁਨੀਆਂ ਦੇ ਵੱਡੇ ਵੱਡੇ ਖਿਡਾਰੀ ਜਿਹੜੇ ਅੱਜ ਖੇਡਦੇ ਆ, ਟੱਕਰ ਹੋ ਗਈ ਆ। ਇੱਧਰ ਸੱਜਣ ਨੰਬਰ ਜੋੜਦਾ ਤੇ ਜਾਂ ਪਰ ਮੁਕਈ ਆਉਂਦੀ ਜਾਂਦੀ, ਬਾਲ ਫੜਦਾ ਆਹ ਗੱਲ ਤੇ ਕਹਿੰਦੇ ਟੈਮ ਟੈਮ ਦੀ ਆ। ਇੱਧਰ ਚੈਣੇ ਵਾਲੀਏ ਬਾਬੇ ਨੇ ਨੰਬਰ ਦਾ ਵਾਧਾ ਜਿਹੜਾ ਕਰ ਦਿੱਤਾ ਆਪਣੀ ਟੀਮ ਦੇ ਖਾਤੇ ਦੇ ਵਿੱਚ, ਵੀ ਸਾਨੂੰ ਕਹਿੰਦੇ ਤੁਸੀਂ ਰਾਮ ਨਾਮ ਲੁੱਟ ਲਓ ਤੇ ਆਪ ਬਾਬੇ ਮੌਜਾਂ ਲੁੱਟਦੇ ਆ, ਸਾਨੂੰ ਕਹਿੰਦੇ ਤੁਸੀਂ ਰਾਮ ਨਾਮ ਲੁੱਟ ਲਓ ਤੇ ਆਪ ਬਾਬੇ ਮੌਜਾਂ ਲੁੱਟਦੇ। ਇੱਧਰ ਕਹਿੰਦੇ ਬਾਬਾ ਕਰਦਾ ਕਮਾਲਾ ਮੇਰੇ ਮਿੱਤਰੋ। ਲੈ ਵੀ ਇੰਦਰ ਜਿਹੜਾ ਬਾਹਰੋਂ ਸੱਦਿਆ ਬਾਈ ਉਹਨੂੰ ਹੁਣ ਕਹਿਣਾ ਪਊਗਾ ਵੀ ਬਾਈ ਤੈਨੂੰ ਜਿਹੜੇ ਕੰਮ ਨੂੰ ਸੱਦਿਆ ਨਾ ਉਹ ਕੰਮ ਹੁਣ ਕਰਕੇ ਦਿਖਾਉਣਾ ਪੈਣਾ। ਪਰ ਬਾਬੇ ਹੋਣੀ ਅੱਜ ਕਹਿੰਦੇ ਆਈ ਤੇ ਆਏ ਹੋਏ ਆ। ਇੱਕ ਹੋਰ ਜਿਹੜਾ ਪੁਆਇੰਟ ਮੁੰਡਿਆਂ ਨੇ ਜੋੜਿਆ ਹੋਇਆ ਆਪਣੀ ਟੀਮ ਦੇ ਲਈ,
ਦਿਨ ਉਹ ਵੀ ਭੁੱਲ ਗਏ ਨਾ ਜਦੋਂ ਸਾਈਕਲ ਸੀ ਥੱਲੇ ਤੇ ਹੋਇਆ ਕਿਹਦੇ ਬਾਬੇ ਨੇ ਕਰਾਤੀ ਪੱਲੇ ਪੱਲੇ ਰੱਜੇ ਹੋਈਏ ਆਪ ਤੇ ਭੁੱਖਾ ਲੱਗੇ ਹਰ ਕੋਈ ਇੰਨੇ ਅਸਮਾਨੀ ਹੱਥ ਲੱਗਣੇ ਨੀ ਚਾਹੀਦੇ ਤੇ ਦੋ ਚੀਜ਼ਾਂ ਬੰਦੇ ਨੂੰ ਨੇ ਮਾਰ ਦਿੰਦੀਆਂ ਕੋਈ ਪੈਰ ਤੇ ਅਸੂਲ ਕਰੇ ਛੱਡਣੇ ਨੀ ਚਾਹੀਦੇ ਆਹ ਦੋ ਚੀਜ਼ਾਂ ਬੰਦੇ ਨੂੰ ਨੇ ਮਾਰ ਦਿੰਦੀਆਂ ਕੋਈ ਪੈਰ ਤੇ ਅਸੂਲ ਕਦੇ ਛੱਡਣੇ ਨੀ ਚਾਹੀਦੇ ਵੱਡਾ ਫਰਕ ਪੈ ਗਿਆ ਮਾਜਰੇ ਵਾਲਿਆ ਤਿਆਰੀ ਫੜ ਲਾ ਉਹ ਸਾਰਾ ਪਿੰਡ ਰਹਿੰਦਾ ਤੇਰੇ ਵੱਲੇ ਵੀ ਆਹ ਮੁੰਡੇ ਨੂੰ ਸੱਦਿਆ ਹੋਇਆ ਪਰ ਕਹਿਣੇ ਵਾਲੀਏ ਅੱਜ ਕਹਿੰਦੇ ਮੂਡ ਚ ਲੱਗਦੇ ਆ ਕਿੰਨੇ ਹੋ ਗਏ ਬਾਈ ਜੀ ਕਿੰਨੇ ਹੋ ਗਏ ਨੰਬਰ ਸੱਤ ਆ ਜੀ ਤੇ ਸੱਤ ਲਾਓ ਸਾਹਮਣੇ ਕਹਿੰਦੇ ਹਨ ਕਮਾਲ ਹੋਈ ਵੀ ਮਾਜਰੇ ਵਾਲਿਆ ਜਿੱਤ ਹਾਰ ਤੇਰੇ ਵੀ ਇੱਕ ਪਾਸੇ ਵੀਰ ਕਹਿੰਦੇ ਖੜਕਾ ਤੜਕਾ ਵਿਖਾ ਦੇ ਉਹ ਗੱਲਾਂ ਹੋ ਰਹੀਆਂ ਜਿੱਤ ਹਾਰ ਤੇ ਬਣੀ ਆਈ ਆ ਉਹ ਗੁੰਡੇ ਕਹਿੰਦੇ ਵੀ ਖੜਕਾ ਤੜਕਾ ਵੇਖਣਾ ਖੜਕਾ ਤੜਕਾ ਤੇ ਸੱਜਣ ਕਰਾਈ ਆਉਂਦਾ ਨੰਬਰ ਮੁੰਡੇ ਨੇ ਜੋੜ ਦਿੱਤਾ ਆਪਣੀ ਟੀਮ ਦੇ ਲਈ ਹੈ ਲੈ ਵੀ ਬਾਈ ਯਾਰ ਬੇਸ਼ੱਕ ਆਪਣੇ ਪਿੰਡ ਦੀ ਟੀਮ ਖੇਡਦੀ ਆ ਪਰ ਆਹ ਮੁੰਡੇ ਦੀ ਖੇਡ ਕਿਵੇਂ ਲੱਗੀ ਸੱਜਣ ਦੀ ਇੱਕ ਵਾਰੀ ਤਾੜੀ ਮਾਰ ਦੋ ਯਾਰ ਜ਼ੋਰਦਾਰ ਚੋਪਰ ਦੇ ਲਈ ਵੱਡਾ ਖਿਡਾਰੀ ਹੈ ਔਰ ਜਿੱਥੇ ਖਿਡਾਰੀ ਵਧੀਆ ਉੱਥੇ ਇਨਸਾਨ ਇਹ ਪੁੱਜ ਕੇ ਨਰਮ ਹੈ ਮੈਚ ਗਰਾਊਂਡ ਨੰਬਰ 3 ਤੇ ਵੀ ਮੈਨੂੰ ਨੇੜੇ ਲੱਗਦਾ ਹੈ ਨਿਰਮਲ ਕਿੰਨੇ ਸਕੋਰ ਬਾਕੀ ਹੈ ਵਾਹ ਜੀ ਵਾਹ ਲੈ ਵੀ ਮੈਨੂੰ ਲੱਗਦਾ ਫਿਰ ਦੇਸੂ ਵਾਲੇ ਮੁੰਡੇ ਜਿੱਤ ਗਏ ਹਰ ਰਾਏਪੁਰੀਏ ਕੌਣ ਜਿੱਤ ਗਿਆ ਦੇਸੂ ਕਾਲੂਆਣਾ ਦੇ ਮੀਰਪੁਰ ਦੀਆਂ ਟੀਮਾਂ ਗਰਾਊਂਡ ਨੰਬਰ 3 ਚ ਆਓ ਜੀ ਕਾਲੂਆਣਾ ਦੇ ਮੀਰਪੁਰ ਬਈ ਕਾਲੂਆਣਾ ਤੇ ਨਾ 3 ਨੰਬਰ ਗਰਾਊਂਡ ਦੇ ਵਿੱਚ ਆ ਜਾਓ ਵੀਰ ਜੀ ਬੇਨਤੀ ਆ ਕਾਲੂਆਣਾ ਤੇ ਮੀਰਪੁਰ ਆਓ ਮੇਰਾ ਵੀਰ ਬਣ ਕੇ ਜਲਦੀ ਦੇ ਨਾਲ ਗਰਾਊਂਡ ਨੰਬਰ 3 ਦੇ ਵਿੱਚ ਕਾਲੂਆਣਾ ਤੇ ਮੀਰਪੁਰ ਜੇਤੂ ਟੀਮ ਦੇ ਗ੍ਰੈਫਰੀ ਦੇਸੂ ਵਾਲੇ ਮੁੰਡੇ ਕਹਿ ਵੀ ਦੇਸੂ ਵਾਲੇ ਦੋ ਜਿਹੜੇ ਮੈਚ ਕਰਾਓ ਬਾਈ ਉੱਥੇ ਦੇਸੂ ਵਾਲੇ ਦੋ ਮੁੰਡੇ ਮੈਚ ਕਰਾਉਣਗੇ ਜੀ ਔਰ ਨਾਲ ਹੀ ਇੱਕ ਨੰਬਰ ਗਰਾਊਂਡ ਦੇ ਵਿੱਚ ਮੁਕਤਸਰ ਦੀ ਟੀਮ ਦਾ ਮੈਚ ਖੇਡਦਾ ਰਹਿਣਾ ਵੀਰੇ ਸੂਰਤੀਆ ਜੱਟ ਤੇਰੀ ਟੀਮ ਦੇ ਨਾਲ ਕਾਲੂਗੜ੍ਹ ਦੀ ਟੀਮ ਤੇ ਮੀਰਪੁਰ ਕਾਲੂਗੜ੍ਹ ਦੀ ਟੀਮ ਖੜੀ ਆ ਗਰਾਊਂਡ ਦੇ ਨੇੜੇ ਵੀਰੇ ਮੀਰਪੁਰ ਵਾਲੇ ਮੁੰਡੇ ਆਓ ਜੀ ਦਾਵੀ ਬਾਈ ਕਿਸੇ ਵੀ ਦੀ ਮੋਟਰਸਾਈਕਲ ਕੀ ਆ ਯਾਰ ਭਰਾ ਬਟ ਲੈ ਕੇ ਆ ਕੇ ਮੇਰੇ ਕੋਲ ਬੋਲ ਲੈ ਲੈ ਵੀ ਫਿਰ ਆਓ ਜੀ ਮੀਰਪੁਰ ਦੀ ਟੀਮ ਦਾ ਮੈਚ ਆ ਕਾਲੂਆਣ ਦੀ ਟੀਮ ਦੇ ਨਾਲ ਆਜੋ ਮੇਰਾ ਵੀਰ ਬਣ ਕੇ ਮੀਰਪੁਰ ਦੀ ਟੀਮ ਦੇ ਰਹਿੰਦੇ ਖਿਡਾਰੀ ਵੀਰੇ ਭੱਜ ਕੇ ਆ ਜਾਣ ਕਾਲੂਆਣ ਦੀ ਟੀਮ ਖੜੀ ਆ ਆਜਾ ਮੇਰਾ ਵੀਰ ਬਣ ਕੇ ਵਾਹ ਜੀ ਵਾਹ ਆਓ ਕਹਿੰਦੇ ਕਮਾਲ ਦੀ ਬਾਲ ਲਾ ਗਿਆ ਟੂਬਰ ਖੇਡ ਦੇ ਮੈਦਾਨ ਦੇ ਵਿੱਚ
ਲਾਵੇ ਅੰਦਰ ਕੱਦੀ ਪੱਟੀ ਨੂੰ ਤੋਂ ਤੋੜਦੇ ਸੋਹਣਾ ਗੱਲ ਹਲ ਲੱਗ ਜੇ ਟਿਕਾਣੇ ਸ਼ੁਰੂ ਕਰਾ ਦੀ ਮੇਰਾ ਵੀਰ ਬਣ ਕੇ ਜ਼ਿਆਦਾ ਸਮਾਂ ਨਾ ਲਾਇਓ ਜੀ ਜਿਹੜੇ ਰਹਿੰਦੇ ਖਿਡਾਰੀ ਉਹ ਵੀ ਆਓ ਕਬਾਈ ਬਣ ਕੇ ਟਾਈਆਂ ਕੱਢਣ ਲੱਗਿਆ ਵੀ ਠੀਕ ਹੈ ਜੀ ਲੈ ਵੀ ਸਰ ਮੈਚ ਸ਼ੁਰੂ ਕਰ ਲਓ ਮੇਰਾ ਵੀਰ ਬਣ ਕੇ ਮੈਚ ਹੋਰ ਵੀ ਛੋਟਾ ਕਰ ਦਾਂਗੇ ਨਿਰਭਾਇਆ ਜੇਕਰ ਜ਼ਿਆਦਾ ਸਮਾਂ ਨਾ ਲਾਇਆ ਤੇ ਆਓ ਮੇਰਾ ਵੀਰ ਜੇ ਜ਼ਿਆਦਾ ਸਮਾਂ ਲਾਇਆ ਠੀਕ ਹੈ ਸੋਨੀਆ ਦੀ ਜਿਹੜੇ ਟਾਈਆਂ ਕੱਢ ਦਈਏ ਕੋਈ ਵੀ ਇੱਕ ਪਲੇਅਰ ਮੇਰੇ ਮੈਚ ਕਰਾਓ ਗਰਾਊਂਡ ਨੰਬਰ ਇੱਕ ਵਜੇ ਆ ਗਏ ਬਾਕਸਰ ਦੀ ਟੀਮ ਵੀ ਆ ਗਈ ਲੈ ਵੀ ਕਰੋ ਟਾਸ ਪਰ ਇੱਧਰਲੇ ਪਾਸੇ ਹਾਲੇ ਵੀ ਮੈਚ ਦੇ ਵਿੱਚ ਦੇ ਵਾਪਸੀ ਕੀਤੀ ਜਾ ਸਕਦੀ ਹੈ ਉਹ ਵੀ ਬੰਦੀ ਹੈ ਇੱਧਰ ਸਮਝਾ ਦੇ ਮੁੰਡਿਆਂ ਨੂੰ ਖੇਡਣਾ ਪਊਗਾ ਦਲੇਰੀ ਦੇ ਨਾਲ ਮਾਜਰਾ ਨਾਲ ਜੇ ਸੱਦਿਆ ਤੇ ਫਿਰ ਇਹਦਾ ਹੁਣ ਸਾਥ ਵੀ ਆਪਾਂ ਨੂੰ ਜਿਹੜਾ ਦੇਣਾ ਪੈਣਾ ਚਾਰ ਨੇ ਆਪਣੇ ਚਾਰ ਪ੍ਰਾਈਜ਼ ਨੇ ਚੌਦਾਂ ਟੀਮਾਂ ਨੇ ਉਹਨਾਂ ਤੋਂ ਟਾਈਮ ਮੈਚ ਕਰਾਂਗੇ
ਪੁਆਇੰਟ ਦੱਸ ਦਿਆਂ ਵੀਰੇ ਕਿੰਨੇ ਸਕੋਰ ਨੇ ਅੱਗੇ ਇੱਕ ਨੰਬਰ ਗਰਾਊਂਡ ਦਾ ਮੈਚ ਸ਼ੁਰੂ ਕਰ ਲਓ ਸਾਹਮਣੇ ਖੇਡੋ ਮੇਰਾ ਵੀਰਬਾਨ ਦਾ ਮੈਡੀ ਆ ਬਾਈ ਦੀ ਬਾਲ ਫੜੋ ਮੇਰਾ ਵੀਰ ਸਰਵਿਸ ਕਿਹਦੀ ਆ ਬਾਈ ਦੀ ਸਰਵਿਸ ਕਰੋ ਮੇਰਾ ਵੀਰਬਾਨ ਦਾ ਬਾਲ ਫੜੋ ਜੀ ਨਾ ਵੀ ਵੀਰੇ ਆਪਣੇ ਕੋਲ 14 ਟੀਮਾਂ ਦੀ ਤੇ 6 ਆਪਾਂ ਮੈਚ ਕਰਾਵਾਂਗੇ ਵੀਰੇ ਦੋ ਟੀਮਾਂ ਨੂੰ ਬਾਈ ਹੋਣੀ ਆ ਜੀ ਆ ਰਹੇ ਦੇਖ ਫਿਰ ਟਾਈਆਂ ਵੇਖਣੀਆਂ ਵੀਰੇ ਨਾ ਵੀ ਖੁਸ਼ੀ ਚੱਕਦੇ ਪਰਚੀਆਂ ਮੇਰੇ ਪਹਿਲੀਆਂ ਦੋ ਟੀਮਾਂ ਜਿਹੜੀਆਂ ਚੱਕੀਆਂ ਉਹਨਾਂ ਨੂੰ ਬਾਈ ਹੋਣੀ ਆ ਚਾਰ ਤੇ ਤਿੰਨ ਨੂੰ ਬਾਈ ਆ ਬਾਈ ਮਠਿਆਈ ਸਰ ਤੇ ਹੌਲੀ ਹੌਲੀ ਕਰਕੇ ਮੁੰਡੇ ਵਾਪਸੀ ਤੇ ਕਰਦੇ ਜਾ ਰਹੇ ਨੇ ਲੈ ਦੱਸੀ ਜਾਂਦੀ ਕਿੰਨੇ ਕੁ ਸਕੋਰ ਨੇ ਮੇਰਾ ਵੀਰ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀਆਂ ਨੇ ਦੋਨੋਂ ਟੀਮਾਂ ਜਿੱਤ ਦੇ ਲਈ ਗੁਰਪ੍ਰੀਤ ਨੇ ਨੰਬਰ ਦਫ਼ਾ ਦਾ ਕੀਤਾ ਕਿੰਨੇ ਕੁ ਜੰਟੀ 6 11 ਵਾਹ ਜੀ ਵਾਹ ਲੈ ਵੀ 6 ਤੇ 11 ਨੇ ਯਾਰ ਇੱਕ ਵਾਰੀ ਤਾੜੀ ਤਾਂ ਮਾਰ ਦੋ ਦੋਨੋਂ ਟੀਮਾਂ ਦੇ ਲਈ 11 ਤੇ 6 ਲੈ ਆਓ ਮੇਰਾ ਵੀਰ ਬਣ ਕੇ ਜਿਹੜੇ ਮੈਚ ਆਪਣੇ ਕੋਲ ਨਿਕਲਿਆ ਸੀ ਦੋ ਨੰਬਰ ਗਰਾਊਂਡ ਦੇ ਵਿੱਚ ਆਓ ਜੀ ਬਾਰੇ ਕਾ ਤੇ ਸਰਵਤੀ ਨਾਗ
ਦੋ ਨੰਬਰ ਗਰਾਊਂਡ ਦੇ ਵਿੱਚ ਆਓ ਮੰਡੇ ਜਲਦੀ ਦੇ ਨਾਲ ਵੀਰੇ ਮੈਚ ਨੇੜੇ ਆ। ਬਾਰਿਕ ਅਤੇ ਸੁਰਲਜੀਤ ਨਾਗ ਦੀ ਟੀਮ ਦਾ ਮੈਚ ਹੈ। ਮਠਿਆਈ ਸਰ ਤੇ ਲਹਿੰਗੇ ਵਾਲਾ ਰਸਾਲੀਆ ਖੇੜਾ ਤੇ ਹੌਸਲਾ ਦੀਆਂ ਟੀਮਾਂ ਵੀਰੇ ਆਓ ਜਲਦੀ ਦੇ ਨਾਲ। ਜਿਹੜੀ ਤਿੰਨ ਦੀ ਜੇਤੂ ਤੇ ਦੋ ਦੀ ਜੇਤੂ, ਤਿੰਨ ਦਾ ਆਪਸ ਵਿੱਚ ਮੈਚ ਆ ਬਈ। ਹਾਂਜੀ ਹਾਂਜੀ, ਜਿਹੜੀ ਜੇਤੂ ਦੀ ਟਾਈਆਂ ਕੱਢ ਲਈ ਵੀਰੇ, ਟਾਈਆਂ ਕੱਢ ਦੇਸੂ ਏ ਤੇ ਦੇਸੂ ਬੀ ਹਰ ਜੋਧਪੁਰੀਆ ਤੇ ਇੱਕ ਨੰਬਰ ਦੀ ਜੇਤੂ ਸੰਦੋਹੇ ਦੀ ਟੀਮ ਨੂੰ ਬਾਈ ਹੈ, ਹਰ ਰਾਏਪੁਰ ਦੀ ਟੀਮ ਨੂੰ ਬਾਈ ਹੈ ਜੀ। ਇਹ ਮੈਚ ਨੇ ਆਪਣੇ ਕੋਲ, ਮੇਰਾ ਵੀਰਪਣ ਜੀ ਸੁਣੋ ਜੀ, ਇਸ ਤੋਂ ਬਾਅਦ ਮੈਚ ਖੇਡਣ ਦੇ ਲਈ ਮੁੰਡੇ ਇੱਕ ਨੰਬਰ ਗਰਾਊਂਡ ਤੇ ਰਸਾਲੀਆ ਖੇੜਾ ਦੇ ਹੋਸਨਰ, ਦੋ ਨੰਬਰ ਗਰਾਊਂਡ ਦੇ ਵਿੱਚ ਬਾਰੇਗਾ ਦੇ ਸਰਗੰਦੀ ਨਾਗ, ਤਿੰਨ ਨੰਬਰ ਗਰਾਊਂਡ ਦੇ ਵਿੱਚ ਦੇਸੂ ਜੀ ਏ ਟੀਮ ਤੇ ਦੇਸੂ ਬੀ। ਇਹ ਅਗਲੇ ਮੈਚ ਖੇਡਣ ਦੇ ਲਈ ਮੁੰਡੇ ਵੀ ਆਪਣੀ ਤਿਆਰੀ ਫੜ ਲਓ ਜੀ। ਬੋਲ ਵਧੀਆ ਤਾਈਆਂ ਵੀ ਕੱਢ ਦਿੱਤੀਆਂ ਅਗਲੀਆਂ, ਹਰ ਇਕੱਲੇ ਪਾਸੋਂ ਜਿਹੜੀ ਜਿੱਤ ਗਈ ਤੇ ਉਹਦਾ ਮੈਚ ਬਾਈ ਤਿੰਨ ਨੰਬਰ ਗਰਾਊਂਡ ਦੀ ਜੇਤੂ ਟੀਮ ਦੇ ਨਾਲ ਹੈ। ਔਰ ਟੱਕਰ ਹੋ ਗਈ ਆ ਜ਼ਰੂਰ, ਟੱਕਰ ਹੋ ਗਈ ਸ਼ੇਰਾਂ ਦੀ ਤੇ ਫੜ ਕੇ ਦੇਖੂ ਕੁੱਲ ਜਮਾਨਾ, ਕੱਪ ਉਹੀਓ ਜਿੱਤਣਗੇ ਵੀ ਜਿਨ੍ਹਾਂ ਦੇ ਡੌਲਿਆ ਪੱਟਾਂ ਦੇ ਵਿੱਚ ਜਾਣਾ, ਕੱਪ ਤੇ ਉਹੀਓ ਜਿੱਤਣਗੇ ਵੀ ਔਰ ਜਿਨ੍ਹਾਂ ਦੇ ਡੌਲਿਆ ਪੱਟਾਂ ਦੇ ਵਿੱਚ ਜਾਣਾ। ਇੱਧਰ ਕਹਿਣ ਵਾਲੀ ਪਰਮ ਨੇ ਇੱਕ ਹੋਰ ਸਫਲਤਾ ਜੋੜ ਦਿੱਤੀ ਆਪਣੀ ਟੀਮ ਦੇ ਲਈ। ਇਸਲੇ ਪਾਸੇ ਸਾਡੀਆਂ ਖੇਡਾਂ ਤੇ ਹੁਸਨਰ ਵਾਲੇ ਮੁੰਡੇ ਆਓ ਜੀ ਜਲਦੀ ਦੇ ਨਾਲ। ਸਤਗੰਦੀ ਨਾਗ ਦੀ ਟੀਮ ਦਾ ਮੈਚ ਖੇਡਿਆ ਜਾਣਾ ਵੀਰੇ, ਬਾਰੇਕਾ ਦੀ ਟੀਮ ਦੇ ਨਾਲ ਦੋ ਨੰਬਰ ਗਰਾਊਂਡ ਤੇ, ਔਰ ਵੀਰੇ ਦੇਸੂ ਏ ਤੇ ਦੇਸੂ ਬੀ ਇਹ ਮੁੰਡੇ ਇਸ ਤੋਂ ਬਾਅਦ ਤਿੰਨ ਨੰਬਰ ਗਰਾਊਂਡ ਦੇ ਵਿੱਚ ਆ ਜਾਣਗੇ। ਬਹੁਤ ਟੌਪ ਦੇ ਮੁਕਾਬਲੇ ਜਿਹੜੇ ਖੇਡੇ ਜਾਣੇ, ਲਾਸਟ ਆ ਗਏ ਵੀਰੇ 15। ਠੀਕ ਹੈ ਜੀ, ਪਹਿਲਾਂ 13 ਸੀ, 13 ਸੀ ਲੱਗ ਗਿਆ। ਲੜਕੀ ਤੇ ਸੈਡਾਂ ਹੋ ਗਈਆਂ ਨੀਂਦ ਬਾਈ, ਕਿੰਨੇ ਕਿੰਨੇ ਸਕੋਰ ਆ ਤੇਰੇ ਗਰਾਊਂਡ ਨੰਬਰ ਇੱਕ ਦੇ ਦੱਸੋ ਜੀ, ਇੱਧਰ ਸੈਡਾਂ ਕਿਹਾ ਬਾਈ, ਇੱਧਰ 6 ਆ ਤੇ ਉਧਰ 2 ਆ ਜੀ। ਲੈ ਵੀ 6 ਨੰਬਰ ਆ ਜਿਹੜੇ ਇੱਧਰਲੇ ਪਾਸੇ ਸੂਰਤੀ ਆ ਜੱਟੇ ਦੀ ਟੀਮ ਦੇ, ਤੇ 2 ਨੰਬਰ ਬਾਈ ਮੁਕਤਸਰ ਦੀ ਟੀਮ ਦੇ ਆ। ਮੈਂ ਇੱਧਰਲੇ ਪਾਸੇ ਦੀ ਟੱਕਰਾਂ ਪਰ ਲੋਕਾਂ ਦੀ ਕੱਲੀ ਕੱਲੀ ਅੱਖ ਜਿਹੜੀ ਹੁਣ ਗਰਾਊਂਡ ਨੰਬਰ 2 ਤੇ ਆ ਵੀ ਆ ਮੈਚ ਦੇ ਵਿੱਚ ਹਾਲੇ ਵੀ ਵਾਪਸੀ ਤੇ ਮੁੰਡੇ ਕਰ ਸਕਦੇ ਆ। ਲੈ ਵੀ ਮਾਜਰੇ ਵਾਲਿਆਂ, ਜੇ ਤੂੰ ਇੱਥੋਂ ਜਿੱਤਾ ਗਿਆ ਨਾ ਤੇ ਗੱਲਾਂ ਕਈ ਦਿਨ ਚੱਲਣਗੀਆਂ ਵੀ ਮਾਜਰੇ ਵਾਲਾਂ ਦੇ ਚੱਲਦੇ ਟਾਈਮ ਦੇ ਵਿੱਚ ਉਹ ਗੱਭਰੂ ਤੀਕ ਤੇ ਖੇਡੀ ਆਉਂਦਾ ਹੈ ਵੀ ਖੇਤਾਂ ਵਿੱਚ ਭਰੇ ਤੇਰੇ ਮਿਹਣੇ ਅੱਲੜੇ ਔਰ ਰੱਬ ਦੇ ਹੁੰਦੇ ਆ ਲੈਣੇ ਦੇਣੇ ਅੱਲੜੇ, ਆਖਦੀ ਹੁੰਦੀ ਸੀ ਵੇਲਾ ਵੇਲਾ ਜੱਟ ਨੂੰ ਤੇ ਉਹੀ ਦੇਖ ਲਾ ਟਿਕਾਣੇ ਗੱਲ ਲਾ ਗਿਆ ਔਰ ਚੈੱਕ ਕਰ ਲਈ ਚਲਾਉਂਦੇ ਵੱਡੀ ਸੂਈ ਤੇ
ਯਾਰਾਂ ਦਾ ਟਾਈਮ ਆ ਗਿਆ। ਉਹ ਕਦੇ ਮਾਜਰੇ ਵਾਲੇ ਨੇ ਕਮਾਲ ਕਰ ਦਿੱਤੀ ਹੈ ਬਾਈ ਯਾਰ, ਜਿੰਨਾ ਜਿਹਨਾਂ ਨੂੰ ਖੇਡ ਵਧੀਆ ਲੱਗਦੀ ਹੈ ਉਹ ਇੱਕ ਵਾਰੀ ਤਾੜੀ ਤਾਂ ਮਾਰੋ ਯਾਰ ਮਾਜਰਿਆਂ ਨੇ ਛੋਟੂ ਦੇ ਲਈ ਹੈ। ਮੈਂ ਵੀ ਮਾਜਰਿਆਂ ਦਾ ਇਲਾਕਾ ਤੈਨੂੰ ਪਿਆਰ ਬੜਾ ਕਰਦਾ ਤੇ ਮੁੰਡੇ ਕਿੰਨੇ ਕਿੰਨੇ ਹੋ ਗਏ ਦੱਸ ਪੰਦਰਾਂ ਗੁਰਪੇ ਦਾ ਆਓ ਸਾਹਮਣੇ ਸੁਣ ਵੀ ਰਾ ਥੋੜਾ ਬਚ ਕੇ ਖੇਡਣਾ ਪੈਣਾ ਫੇਰ ਕਿਤੇ ਗੱਲ ਬਣਦੀਆਂ। ਆਓ ਬੱਲੇ ਹੋ ਇੰਦਰ ਇੰਦਰ ਦੇ ਫਿੱਟਾ ਜੇਤੂ ਵਰਗੇ ਗੁਰਪ੍ਰੀਤ ਹੋਣੀ ਨੇੜ ਤੇ ਗੰਗੂ ਖੇਡਦਾ ਟੀਮ ਟਾਪ ਦੀ ਹੈ। ਲੈ ਵੀ ਲਾਸਟ ਨੰਬਰ ਹੈ, ਲਾਸਟ ਨੰਬਰ ਹੈ। ਆਓ ਬਾਈ ਜੀ ਬਾਰੇ ਕਹਿੰਦੇ ਟੀਮ ਤੇ ਸੁਖਲਦੀ ਨਾਗ, ਆਓ ਮੇਰਾ ਬਾਈ ਇੱਧਰ ਨੰਬਰ ਲਾਸਟ ਹੈ, ਇੱਕ ਪੁਆਇੰਟ ਕੌਣ ਜੋੜਦਾ ਚੈਣੇ ਵਾਲੀ ਹੈ ਸੁਖਦੀਪ ਤੇ ਜਾਂ ਫਿਰ ਆਓ ਗੱਲਾਂ ਹੋੜ ਗਈਆਂ ਤੇਰੇ ਮਿੱਤਰੋ ਚੈਣੇ ਵਾਲੀ ਹੈ ਪਰਮ ਦੀਆਂ ਕਿਆ ਵੀ ਨਾਂ ਵੀ ਵੀਰ ਸਾਡੇ ਗੁਰਪ੍ਰੀਤ ਨੂੰ ਕਹਿੰਦੇ ਪ੍ਰਧਾਨ ਜੀ ਸਾਡੇ ਵੀਰ ਹੈ ਵੀ ਜੇ ਮੈਂ ਜਿਹੜਾ ਮੈਂ ਜਿਤਾਵੇ ਤੇ ਬੰਦੇ ਮਾਣ ਸਨਮਾਨ ਕਰ ਦੇਣਗੇ, ਇੱਥੋਂ ਮੈਂ ਜਿਤਾਵੇ ਤੇ ਵੱਡੇ ਮਾਣ ਸਨਮਾਨ ਹੋਣਗੇ। ਉਹ ਬੱਲੇ ਲੈ ਵੀ ਮੈਂ ਤੇ ਸਮਾਪਤ ਆ ਯਾਰ, ਜਿੱਤ ਹਾਰ ਬਣੀ ਹੋਈ ਹੈ, ਤਾੜੀ ਮਾਰ ਦੋ ਜ਼ੋਰਦਾਰ, ਕੋਈ ਚੱਕਰ ਨੀ। ਪਿੰਡ ਦੇ ਖੇਡਣਾ ਬਹੁਤ ਵੱਡੀ ਚੁਣੌਤੀ ਹੁੰਦੀ ਹੈ, ਚੈਣਿਆਂ ਦੀ ਟੀਮ ਜਿਹੜੀ ਜਿੱਤ ਰਹੀ ਹੈ। ਆਓ ਬਾਈ ਜੀ ਸੁਖਵਿੰਦਰ ਨਾਗ ਦੀ ਟੀਮ ਜੀ